आ जिहड़े नौजवान भाई जी पहली बार आए धरने ते यार बहुत वधिया तुहानू देख के खुशी होई केड़े पिंडों आए वीरे बलाडे तो मानसा जिले दे विच बरे पिंड तो आया भाई ते भाई यार उधर तो थोड़े मूसे वाला गायक हो गया ओहदे पिछे लड़ी जांदे लोग ते तुसीं धरने च किवें बिलकुल 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 देखो भाई जी जेड़े कहंदे आ नौजवानी गर्क चुकी आ करदी आ बहु करदी आ जेड़े लोग मानसा नू बैकवर्ड कहंदे आ संघर्ष दे विच अगे आ के कुदरे नौजवान मानसा जिले तो आया बादल पिंड बैरियर लगे हुआ नेड़े बादल पिंड दे बैरियर दे उत्ते किसानां नूं रोकिया गया एक बार रोक के तो उसके बाद किसानां दे जोर नूं देखते हुए बैरियर खोलिया गया खोलण तों बाद हुणे तों चले आ पिछे बहुत लम्मा काफला बहुत ही ज्यादा घट्टो घट्ट चार पांच किलोमीटर का लम्मा जिहड़ा काफला धरने दे विच सानूं काफ़ी नौजवान भी मिले आ जिहड़े पहली बारी धरने दे विच शामिल होए आ कहिण दा मतलब लोग जागरूक हो गए इन्ने भैड़े जिहड़ा कानून है किसान मारू कल्ला किसान मारू नहीं लोग मारू जिहड़ा बिल है इहदे तों लोग जाणू हो गए घरां दे विचों फॉर्चूनरां गड्डियां भी देखियां गईयां चंगियां चंगियां महंगे महंगे गड्डियां भी काफले दे विच शामिल होईयां कहिण दा मतलब हर एक बंदे ने महसूस किया भी जिहड़ा बिल है इह साडे सानू मारन वास्ते है बिल्कुल खत्म करन वास्ते आ ਅਵਾਨੀਆਂ ਅਡਾਨੀਆਂ ਨੇ ਇੱਥੇ ਆ ਕੇ ਕਬਜ਼ੇ ਕਰ ਲੈਣੇ ਵੱਡੇ ਵੱਡੇ ਫਾਰਮ ਬਣ ਜਾਣੇ ਆ ਹੋਰ ਬਹੁਤ ਮਾਰੂ ਇਹਦੇ ਵਿੱਚ ਸਿਸਟਮ ਹੈਗਾ ਅਤੇ ਇਸ ਕਰਕੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ਜੀ ਕਿਸਾਨ ਯੂਨੀਅਨ ਦਾ ਸਾਥ ਦਿਓ ਵੱਧ ਤੋਂ ਵੱਧ ਤੁਹਾਨੂੰ ਇੱਥੇ ਦਿਖਾਉਣਾ ਚਾਹਾਂਗੇ ਆਹ ਦੇਖੋ ਗੱਡੀਆਂ ਵੀ ਸ਼ਾਮਿਲ ਹੋਈਆਂ ਪਰਸਨਲ ਗੱਡੀਆਂ ਲੋਕਾਂ ਦੀਆਂ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਸੰਘਰਸ਼ ਕਰਨ ਦੀ ਲੋੜ ਹੈ ਜੀ ਇਹ ਕੈਪਟਨ ਬਾਦਲ ਇਹਨਾਂ ਦੇ ਦੋਗਲੇ ਚਿਹਰੇ ਆ ਇੱਕ ਪਾਸੇ ਤਾਂ ਇਹ ਇਸ ਕਾਨੂੰਨ ਨੂੰ ਸਹਿਮਤੀ ਦੇ ਆਉਂਦੇ ਆ ਦੂਜੇ ਪਾਸੇ ਇਹ ਜਿਹੜਾ ਹੈਗਾ ਇੱਧਰ ਆ ਕੇ ਲੋਕਾਂ ਨੂੰ ਹੋਰ ਗੱਲਾਂ ਬਾਤਾਂ ਦੱਸਦੇ ਆ ਆ ਇਹ ਸੀ ਜੀ ਬੈਰੀਅਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਇਹ ਬੈਰੀਅਰ ਲਾਇਆ ਗਿਆ ਸੀ ਬਹੁਤ ਤਕੜਾ ਬੈਰੀਅਰ ਇੱਥੇ ਕਿਸਾਨਾਂ ਨੂੰ ਰੋਕਿਆ ਗਿਆ ਦੇਖੋ ਤਾਰਾਂ ਲਾ ਕੇ ਐਡਾ ਤਕੜਾ ਬੈਰੀਅਰ ਲਾਇਆ ਗਿਆ ਕਿਸਾਨਾਂ ਦੇ ਜੋਸ਼ ਨੂੰ ਦੇਖਦੇ ਹੋਏ ਇਹ ਫਿਰ ਖੋਲ ਦਿੱਤਾ ਗਿਆ ਖੋਲਣ ਤੋਂ ਬਾਅਦ ਗਰਮੀ ਬਹੁਤ ਜ਼ਿਆਦਾ ਆ ਦੇਖੋ ਵਿਚਾਰੇ ਕਿਵੇਂ ਪਾਣੀ ਦੀ ਟੈਂਕੀ ਵੱਲ ਗਰਮੀ ਬਹੁਤ ਜ਼ਿਆਦਾ ਆ ਪਾਣੀ ਦਾ ਪ੍ਰਬੰਧ ਤਾਂ ਵੈਸੇ ਕੀਤਾ ਪਰ ਉਹਨਾਂ ਨਹੀਂ ਹੈਗਾ ਪੱਕਾ ਧਰਨਾ 3-5 ਦਿਨ ਦਾ ਇਸ ਕਰਕੇ ਉਹ ਜਿਹੜਾ ਤੁਸੀਂ ਦੇਖ ਰਹੇ ਹੋ ਪੱਖੇ ਗੱਦੇ ਸਿਲੰਡਰ ਸਾਰਾ ਸਮਾਨ ਜੋ ਜੋ ਵੀ ਲੋੜ ਹੁੰਦੀ ਹੈ ਅਤੇ ਉਹ ਲੈ ਕੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਆਹ ਦੇਖੋ ਪੱਕੇ ਪ੍ਰਬੰਧਾਂ ਦੇ ਨਾਲ ਬਹੁਤ ਤਕੜਾ ਜਿਹੜਾ ਸੰਘਰਸ਼ ਹੋਣ ਜਾ ਰਿਹਾ ਅਤੇ ਬੜੀ ਖੁਸ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਤਾਂ ਜੋ ਕਿਸਾਨ ਵੀ ਨੇ ਪੁਰਾਣੇ ਜਿਹੜੇ ਜਾਗਰੂਕ ਸੀਗੇ ਹੀ ਹੁਣ ਨੌਜਵਾਨ ਵੀ ਕਾਫੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲੇ ਨੌਜਵਾਨ ਵੀ ਜਾਗਰੂਕ ਹੋਏ ਅਸੀਂ ਇਸ ਟਾਈਮ ਪਿੰਡ ਬਾਦਲ ਖੜ੍ਹੇ ਹਾਂ ਜੀ ਆਹ ਦੇਖੋ ਜੀ ਦੇਖੋ ਬਹੁਤ ਵੱਡਾ ਕਾਫਲਾ 1:30 ਵਜੇ ਤੋਂ ਅਸੀਂ ਇੱਥੋਂ ਚੱਲੇ ਹਾਂ ਤਕਰੀਬਨ ਘੁੱਦੇ ਪਿੰਡ ਤੋਂ ਇਕੱਠੇ ਹੋ ਕੇ 1:30 ਵਜੇ ਸਾਰੇ ਕਿਸਾਨ ਇਕੱਠੇ ਤੁਰੇ ਆ ਇੱਥੇ ਇਹਨਾਂ ਨੇ ਬੈਰੀਅਰ ਤੁਹਾਨੂੰ ਦੱਸ ਲਾਇਆ ਹੋਇਆ ਸੀਗਾ ਬੈਰੀਅਰ ਜੋਸ਼ ਨੂੰ ਦੇਖ ਕੇ ਖੋਲ੍ਹ ਦਿੱਤਾ ਗਿਆ ਬੰਦ ਕਰ ਦਿਓ ਬਾਪੂ ਜੀ ਬੰਦ ਕਰ ਦਿਓ ਹੁੰਦਾ ਨਹੀਂ ਅਤੇ